ਐਂਦੀ ਕੋਠੀ ਗਿਰਵੀ ਰਖਾਣੀ ਪੈਣੀ ਹਾਂ ਚੋਰੀ ਖਾ ਕੇ ਵੇਖਦੇ ਇਹਨਾਂ ਦੀ ਐ ਯਾਰ ਦੀ ਐਨਵਰਸਰੀ ਹੈਗੀ ਐ ਇਹਦੀ ਮਨਾ ਰਹੇ ਐ ਇੰਟਰਵਿਊ ਮੈਂ ਨਹੀਂ ਚਲਾ ਦਿਆ ਨਹੀਂ 100 ਰੁਪਏ ਦਾ ਤੇਲ ਫੂਕ ਕੇ ਆਨੇ ਰੋਜ਼ ਚਟਨੀ ਐ ਦਿੰਦਾ ਥੋੜੀ ਐ ਪਰ ਹੁੰਦੀ ਬੜੀ ਸਵਾਦ ਐ ਗਿਆਨੀ ਜੀ ਟੀ ਸਟਾਲ 80 ਏਅਰ ਔਰ ਸ਼ਾਪ ਲਾਹੌਰ ਅਗੇ ਰਣਵੀਰ ਕਪੂਰ ਜੀ ਦਲਜੀਤ ਦਸਾਂਝ ਸਤਿ ਸ਼੍ਰੀ ਅਕਾਲ ਸਾਰੇ ਮੈਂ ਜਸਪਾਲ ਸਿੰਘ ਤੁਹਾਡਾ ਮੇਰੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ ਜੀ ਅੱਜ ਆਪਾਂ ਜਾਵਾਂਗੇ ਗਿਆਨੀ ਟੀ ਸਟਾਲ ਵਾਲਿਆਂ ਕੋਲ ਤੇ ਆਪਾਂ ਦੇਖਾਂਗੇ ਕਿ ਉਹਨਾਂ ਦੀ ਚਾਹ ਦੇ ਵਿੱਚ ਕੀ ਸਪੈਸ਼ਲ ਹੈਗਾ ਵਾ ਕਿਉਂਕਿ ਪੂਰੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਉਹਨਾਂ ਦੀ ਚਾਹ ਹੈਗੀ ਆ ਕੋਨੇ ਕੋਨੇ ਤੱਕ ਮਸ਼ਹੂਰ ਹੈਗੀ ਆ ਤੇ ਆਪਾਂ ਅੱਜ ਜਾ ਕੇ ਚਾਹ ਦੇ ਵਿੱਚ ਦੇਖਦੇ ਆਂ ਕਿ ਕੁਝ ਉਹਨਾਂ ਦੇ ਖਾਸ ਹੈਗਾ ਵਾ ਐਂਡ ਚਲੋ ਹੁਣ ਚੱਲਦੇ ਆਂ ਆਪਾਂ ਗਿਆਨੀ ਟੀ ਸਟਾਲ ਵਾਲਿਆਂ ਕੋਲ ਤੇ ਜਾ ਕੇ ਉੱਥੇ ਦੇਖਦੇ ਆਂ ਉਹਨਾਂ ਦੀ ਚਾਹ ਦੇ ਵਿੱਚ ਕੀ ਇਹੋ ਜਿਹਾ ਸਪੈਸ਼ਲ ਹੈਗਾ ਵਾ आ गया ज्ञानी टी स्टॉल चलो चलते हैं जी अंदर लो जी इत्थे बन रही है जी स्पैशल चाह तो चलो आप चाह चैक भी करते हैं तो नाले इस चाह के मैं आंदे एको गल पुछी कि स्पैशल की हैगा वा तो स्पैशल ये केसर से बदम पा के जी चाह बनाई जाती है तो चलो पी के वेखते हैं सो चलो हम आप इन्होंने जी स्पैशल चाह है वह चक के वेखते हैं ये आ गई अपने को चाह ये आ गई इन्हों की स्पैशल कचोरी ਤੇ ਚਲੋ ਆਪਾਂ ਕਹਿੰਦਾ ਚਾਹ ਦੇ ਚੁਸਕੀ ਲੈਂਦੇ ਹਾਂ ਵੀ ਇਹਨਾਂ ਦੀ ਚਾਹ ਦੇ ਵਿੱਚ ਹੈਗਾ ਕੀ ਹੈ ਸਪੈਸ਼ਲ ਜਿਹੜਾ ਇੰਨੀ ਦੁਨੀਆ ਦੀ ਮਾਨੀ ਹੋਈ ਹੈ ਯਾਰ ਇਹਨਾਂ ਦੀ ਜਿਹੜੀ ਚਾਹ ਹੈਗੀ ਹੈ ਨਾ ਨੋਰਮਲ ਘਰ ਦੀ ਚਾਹ ਦੇ ਨਾਲੋਂ ਇਹਨਾਂ ਦੀ ਚਾਹ ਦਾ ਜਿਹੜਾ ਟੇਸਟ ਹੈਗਾ ਨਾ ਬਹੁਤ ਘੈਂਟ ਹੈਗਾ ਸਿਰਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਜੀ ਤਾਂ ਕਰਦਾ ਛੱਡੀਏ ਨਾ ਚਾਹ ਕਚੋਰੀ ਖਾ ਕੇ ਵੇਖਦੇ ਇਹਨਾਂ ਦੀ ਸਪੈਸ਼ਲ ਕਚੋਰੀ 'ਚ ਵੀ ਗੱਲਬਾਤ ਪੂਰੀ ਮਤਲਬ ਦੂਜੀਆਂ ਜਿਹੜੀਆਂ ਕਚੋਰੀਆਂ ਹੁੰਦੀਆਂ ਆਮ ਨੋਰਮਲ ਉਹਨਾਂ ਨਾਲੋਂ ਵੀ ਟੇਸਟ ਇਹਨਾਂ ਵੱਖਰਾ ਉੱਪਰੋਂ ਹੈਗੀਆਂ ਵੀ ਤਾਜ਼ੀਆਂ ਸਪੈਸ਼ਲ ਚਾਹ ਦੇ ਨਾਲ ਤਾਂ ਹੋਰ ਜ਼ਿਆਦਾ ਵਧੀਆ ਅਤੇ ਹੈਗੇ ਆਪਣੇ ਬ੍ਰੈਡ ਟੋਸਟ ਵੀ ਹੈਗੇ ਆਪਣੇ ਕੋਲ ਬ੍ਰੈਡ ਵੀ ਸਪੈਸ਼ਲ ਚਾਹ ਦੇ ਨਾਲ ਕਚੋਰੀਆਂ ਕਚੋਰੀਆਂ ਨਾਲ ਬ੍ਰੈਡ ਟੋਸਟ ਗੱਲਬਾਤ ਜੇ ਕਦੇ ਵੀ ਅੰਮ੍ਰਿਤਸਰ ਆਓ ਨਾ ਇਹਨਾਂ ਦੀ ਚਾਹ ਨਾ ਮਿਸ ਕਰਿਓ ਅਤੇ ਕਚੋਰੀਆਂ ਨੇ ਮਿਸ ਕਰਿਓ ਬ੍ਰੈਡ ਟੋਸਟ ਚਲੋ ਠੀਕ ਹੈਗਾ ਵਾ ਚਲੋ ਹੁਣ ਜਿੰਨਾ ਕੁਝ ਆਪਾਂ ਮੰਗਾਇਆ ਵਾ ਇਹਨੂੰ ਲਪੇੜਦੇ ਹਾਂ ਮਤਲਬ ਖਾਂਦੇ ਹਾਂ ਅਤੇ ਬਾਅਦ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਬਾਹਰ ਜਾ ਕੇ ਵੀ ਇੰਨੀ ਜਨਤਾ ਜਿਹੜੀ ਹੋਰ ਵੀ ਵੈਸੇ ਦੁਨੀਆਂ ਇੱਥੇ ਆਉਣ ਵਾਲੀ ਆ ਉਹਨਾਂ ਨੂੰ ਜਾ ਕੇ ਮਿਲਦੇ ਹਾਂ ਤੇਲ ਫੂਕ ਕੇ ਆਨੇ ਰੋਜ਼ ਕਿੰਨੇ ਸਾਲਾਂ ਤੋਂ ਤੇਲ ਦੇ ਪੈਸੇ ਨਹੀਂ ਮਿਲੇ ਸਾਡਾ ਇੱਕ ਯਾਰ ਹੈਗਾ ਸਾਡੇ ਸਕੂਟਰ ਦੇ ਮਗਰ ਬਹਿ ਕੇ ਆਂਦਾ ਕਿੰਨੇ ਸਾਲਾਂ ਤੋਂ ਪੈਸੇ ਦੇਣ ਡਿਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਂਦੇ ਹੈ ਕਿੰਨਾ ਟਾਈਮ ਹੋ ਗਿਆ ਆਂਦੇ ਇੱਥੇ 32 ਸਾਲ 32 ਸਾਲ ਨੂੰ 32 ਸਾਲ ਬੱਤੀ ਸਾਲ ਤੇ ਫਿਰ ਇਹਦੀ ਕੋਠੀ ਗਿਰਵੀ ਰਖਾਣੀ ਪੈਣੀ ਹੁਣ ਨਹੀਂ ਨਹੀਂ ਅੰਕਲ ਤੇ ਬਾਕੀ ਇਹ ਤੇ ਚਲੋ ਹੋ ਗਿਆ ਸਿਰ ਜਾਗ ਵਾਲੀ ਗੱਲ ਕਚੋੜੀ ਦੋ ਚਾਰ ਦਿਨ ਠਹਿਰ ਕੇ ਖਾਈ ਦੀ ਹੈ ਪਰ ਸਵਾਦ ਹੁੰਦੀ ਹੈ ਚਟਨੀ ਹੈ ਦਿੰਦਾ ਥੋੜੀ ਹੈ ਪਰ ਹੁੰਦੀ ਬੜੀ ਸਵਾਦ ਹੈ ਬਾਕੀ ਇੱਕ ਗੱਲ ਦੱਸੋ ਕਿ ਮਤਲਬ ਘਰ ਦੀ ਚਾਹ ਤੇ ਇੱਥੋਂ ਦੀ ਚਾਹ ਦੇ ਵਿੱਚ ਕੀ ਫਰਕ ਹੈਗਾ ਜੀ
ਆਂਟੀ ਵੇਖਣ ਦਿਆ ਸੱਚ ਬੋਲਿਓ ਇੱਥੇ ਇੱਥੇ ਇਹ ਪੋਜੀਸ਼ਨ ਹੈ ਕਿ ਇੱਥੇ ਸਾਰੇ ਯਾਰਾਂ ਦਾ ਸਾਡਾ ਪਿਆਰ ਹੈਗਾ ਨਾਲ ਠੀਕ ਹੈ ਤੇ ਨਾਲ ਗਿਆਨੀ ਦੀ ਚਾਹ ਹੈ ਤੇ ਇਸ ਕਰਕੇ ਸਵਾਦ ਲੱਗਦੀ ਹੈ ਯਾਰਾਂ ਬਗੈਰ ਜ਼ਿੰਦਗੀ ਨਹੀਂ ਗਈ ਅੱਜ ਕੱਲ ਸਹੀ ਗੱਲ ਆ ਤੇ ਬਾਕੀ अपने चन्नी साहब नाल है उन्होंने सिद्धू साहब कैप्टन अमरिंदर सिंह आ गए रणवीर कपूर जी जेडे इतो मतलब चाह पी के गए ने दलजीत दसांझ ते होर हैगे ने इत्थे देख सकदे आ सिद्धू साहब दे लग दे अंकल जी जिहड़े जिन्हां नाल आपां गलबात करांगे आ हैगे आ बादल साहब हाँ जी मेरा नाम नीलू शर्मा इन्हों का नाम मोहन लाल इन्हों आए 35 साल हो गए 32 साल उन्होंने नाल ही आते पे स्कूटर से बह गए मैं आप पैदल आना वा शहर पहले सवेरे सैर कर जाइए है कंपनी बाग उस तो बाद इतने आ गए चाह का आनंद लाइद चाह लगता चाह पहले बहुत वधिया टेस्ट ही बिच खराब आती है पर तकरीबन टेस्ट ठीक है इन्हों का पहले शुरुआत उपर इन्हों की चाह भी ठीक सी लेकिन जो जो टूरिस्ट बढ़ रहे हैं ना इन्हें नाल बंदे जिहड़े रखे है गंदगी सही नहीं है गंदगी बड़ी है इहदा तुहाडे थ्रू मैं कहना चाहना वा कि इन्हां नूं कहो अपनी गंदगी भी दूर करवाण आप इत्थे आने हैं सवेरे इंजॉय करते हैं किसी का बर्थडे होवे एनिवर्सरी होवे इत्थे आके मनाने हैं अज भी मना रहे हैं अपने यार दी यार दी एनिवर्सरी हैगी है इहदी मना रहे हैं इत्थे सारे मोहन लाई दे जो आंदे सी उदो पूरे वाल सी उदो पूरे वाल सी हुण इन्हां दे वाल भी हट गए है ए वेख लो ए बंदे एडे पुराने आंदे पे मैं फिर ज्ञानी जी नूं कहां आपां उन्हां दे पुराने कस्टमर आ डेली आके चाह पीने जेड़ा भी आया गया भी टूरिस्ट हो उन्होंने भी असर पैंदा वा साफ सफाई का जरूर ध्यान रख बाकी ग्रुप देख ही लिया वा अंकल जी मैं बहुत मजेदार ग्रुप है मतलब हासे भी पूरे पाते हैं सारे हासे पाते जिन्हें ग्रुप वाले आते हैं सारे ग्रुप वधिया सारे आया बेटा खाला अद्धे बंदे बुढ़े आंदे जे पर आ गया महसूस करदे आ कि अहीं बुढ़े नहीं हां जवान सत श्री अकाल जी अंकल जी नाम दस दिओ पहले अपना ज्ञानी गुरमीत सिंह काम शुरू किया लाहौर चाहे दादा जी ने पहले टाइम लाहौर कचौरी समोसा गुलाब जामुन बनाया लाहौर नारकली बाजार बहुत ज्यादा नाम सुना बड़ी दुनिया ने पसंद किया फिर उत्थे की टाइम समा पा के प्रधानमंत्री जी आए उन्हें साडे दादा जी का वेख्या भी हिसाब का भी इन्ना गरीबी की है मतलब ये इन्ना बधा नहीं कर सकते पर इन्हें साडे देश दे विच बहुत वड्डी चीज बनाती फिर एक छोटा जिहा मकान हुंदा सी मगर प्रधानमंत्री जी ने साइन करते भी जिन्ने पैसे मंगते पिछला जरा मकान है ज्ञानी जी दिता जाए सरदार सानू सरदार आत्मा सिंह जी भी इन कचौरी बनाई जी भी प्रधानमंत्री जी ने खाधी बड़े खुश हो उसके पता नहीं उस टाइम कह रहे भुखो सी कौन से फिर उन्हें सानू पिछली जगह मिल गई जिन्ने पैसे मंगे उन्हें दिते सरकार ने फिर साड़ी उत्थे बहुत जगह खुली बन गई बड़ा काम चलिया उत्थे लैणा लगन लग पई फिर उन्हें बटवारे बाद फिर पंजाब आना पिया फिर पंजाब अमृतसर 68 ईयर आउट
बड़ी कृपा गुरुराम गुरु रामदास जी की बड़ी मेहर कृपा जी बाबा नानक जी की कुली है इतने जरा जी चाह पी के जाए राजी हो गए बड़ी बाबे नानक जी कृपा बाकी बाबे नानक दी कृपा तुहानू सत श्री अकाल तुहानू बच्चे नू बहुत बहुत सत श्री अकाल जी नाम दस दो पहले तुसी मेरा नाम सतीश महाजन बड़े बंदे आए थे बड़े गए पर असि नहीं गए सानू होर किते मजा ही नहीं आया ਫਿੰਗਰ ਖਾਣੇ ਆ ਬੇਕਵੈਲ ਦੇ ਠੀਕ ਆ ਜੀ ਫਿੰਗਰ ਖਾਂਦੇ ਤੇ ਕਚੋਰੀਆਂ ਤੁਸੀਂ ਟੇਸਟ ਕੀਤੀ ਘੱਟ ਖਾਈਦੀ ਆ ਅੱਛਾ ਘੱਟ ਖਾਈਦੀਆਂ ਨਹੀਂ ਖਾਈਦੀਆਂ ਆਲੂ ਵਗੈਰਾ ਜੇ ਲੈ ਸੱਜਣ ਬੇਲੀ ਆਂਦੇ ਆ ਨਾ ਕੋਈ ਕਹਿ ਦੇਵੇ ਕਚੋਰੀ ਖਾਣੀ ਆ ਤੇ ਫਿਰ ਮੰਗਵਾ ਦੀ ਠੀਕ ਆ ਜੀ ਤੇ ਅੰਕਲ ਤੁਸੀਂ ਕਿੰਨੇ ਜਾਣੇ ਹੁੰਦੇ ਮਤਲਬ ਫਰੈਂਡਸ ਤੁਹਾਡੇ ਅਸੀਂ ਤਾਂ 7-8 ਜਣੇ ਸੀ ਹੁਣ ਸਾਡੇ ਕੋਈ ਬੰਦੇ ਝਟਕ ਗਏ ਆ ਦੋ ਕੁ ਬੰਦੇ ਝਟਕ ਗਏ ਆ ਤੇ ਬਾਕੀ ਕੋਈ ਇਤਵਾਰ ਨੂੰ ਆਂਦੇ ਆ ਅਸੀਂ ਇਤਵਾਰ ਨੂੰ 5 ਬੰਦੇ ਹੁੰਨੇ ਆ ਰੋਜ਼ ਡੇਲੀ 3 ਬੰਦੇ ਹੁੰਦੇ ਤੁਸੀਂ ਜਦੋਂ ਵੀ ਅੰਮ੍ਰਿਤਸਰ ਆਓ ਤਾਂ ਗਿਆਨੀ ਟੀ ਸਟਾਲ 'ਤੇ ਜ਼ਰੂਰ ਆਇਓ ਅਤੇ ਇੱਥੋਂ ਦੀ ਜਿਹੜੀ ਚਾਹ ਆ ਉਹ ਜ਼ਰੂਰ ਪੀ ਕੇ ਜਾਇਓ ਅਤੇ ਕ੍ਰਿਸਟਲ ਚੌਂਕ ਦੇ ਲਾਗੇ ਇਹਨਾਂ ਦੀ ਇੱਕਦਮ ਦੁਕਾਨ ਹੈਗੀ ਆ ਅਤੇ ਤੁਸੀਂ ਜਦੋਂ ਵੀ ਆਓਗੇ ਤਾਂ ਜ਼ਰੂਰ ਇੱਥੋਂ ਚਾਹ ਪੀ ਕੇ ਜਾਇਓ ਅਤੇ ਬਾਕੀ ਰਹੀ ਗੱਲ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ ਕਿਉਂਕਿ ਮੇਰੀਆਂ ਜਿੰਨੇ ਵੀ ਵਲੋਗ ਹੈਗੇ ਆ ਉਹ ਸਾਰੇ ਤੁਹਾਡੇ ਨੋਟੀਫਿਕੇਸ਼ਨ ਦੇ ਵਿੱਚ ਆ ਜਾਣਗੇ ਇਸ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਦੂਜੀ ਗੱਲ ਇਹ ਕਿ ਜੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ ਆਪਾਂ ਐਵੇਂ ਦੀਆਂ ਵੀਡੀਓਜ਼ ਹੋਰ ਵੀ ਜ਼ਿਆਦਾ ਲੈ ਕੇ ਆਉਂਦੇ ਰਵਾਂਗੇ ਥੈਂਕ ਯੂ ਗਾਈਜ਼